ਟੀਚਰ ਕਹਿੰਦੀ ਪੱਪੂ ਮੈਨੂੰ ਲੱਗਦਾ ਤੂੰ ਪੇਪਰ 'ਚ ਨਕਲ ਮਾਰੀ ਹੈ। ਪੱਪੂ ਕਹਿੰਦਾ ਨਾ ਨਾ ਮੈਡਮ ਜੀ ਮੈਂ ਨਕਲ ਕਿਉਂ ਮਾਰਨੀ, ਮੈਂ ਪੜ੍ਹਦਾ, ਮੈਂ ਇੰਟੈਲੀਜੈਂਟ ਨਿਆਣਾ ਆ। ਕਹਿੰਦਾ ਦੇਖ ਤੇਰੇ ਅੱਗੇ ਬੈਠੀ ਸੀ ਸ਼ੀਲਾ, ਤੂੰ ਸ਼ੀਲਾ ਨਕਲ ਮਾਰੀ। ਪੱਪੂ ਕਹਿੰਦਾ ਨਾ ਮੈਡਮ ਪ੍ਰੂਫ ਕਰਕੇ ਦਿਖਾਓ ਕਿੱਦਾਂ ਮਾਰੀ। ਕਿ ਚੱਲ ਤੈਨੂੰ ਦੱਸਦੀ ਹਾਂ, ਪਹਿਲਾ ਸਵਾਲ ਸੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਆ, ਸ਼ੀਲਾ ਨੇ ਲਿਖਿਆ ਪੰਡਿਤ ਜਵਾਹਰ ਲਾਲ ਨਹਿਰੂ, ਤਾਂ ਤੂੰ ਪੱਪੂ ਲਿਖਿਆ ਪੰਡਿਤ ਜਵਾਹਰ ਲਾਲ ਨਹਿਰੂ। ਕਹਿੰਦਾ ਲਓ ਜੀ ਪਹਿਲਾ ਪ੍ਰਧਾਨ ਮੰਤਰੀ ਦੇਸ਼ ਆਜ਼ਾਦ ਹੋਇਆ। ਕਹਿੰਦਾ ਕਿਹਨੂੰ ਨਹੀਂ ਪਤਾ, ਸਭ ਨੂੰ ਪਤਾ। ਕਹਿੰਦਾ ਮੈਡਮ ਜੀ ਇਹ ਤਾਂ ਗੱਲ ਨਾ ਹੋਈ ਕੋਈ ਵੀ ਨਕਲ ਮਾਰੀ ਆ, ਇਹ 'ਚ ਕੀ ਨਕਲ ਮਾਰਨ ਵਾਲੀ ਗੱਲ ਆ। ਕਹਿੰਦੀ ਤੂੰ ਪੱਪੂ ਆ ਸੁਣ ਤਾਂ ਸਹੀ। ਕਹਿੰਦੀ ਦੂਜਾ ਸਵਾਲ ਸੀ ਵੀ ਮਹਾਤਮਾ ਗਾਂਧੀ ਦੀ ਜਨਾਨੀ ਦਾ ਕੀ ਨਾਂ ਸੀ। ਕਹਿੰਦਾ ਸ਼ੀਲਾ ਨੇ ਲਿਖਿਆ ਕਸਤੂਰਬਾ ਗਾਂਧੀ, ਤੂੰ ਵੀ ਲਿਖਿਆ ਕਸਤੂਰਬਾ ਗਾਂਧੀ। ਲੈ ਮੈਡਮ ਕਹਿੰਦਾ ਭਾਰਤ ਦਾ ਬਾਪੂ ਫਾਦਰ ਆਫ ਨੇਸ਼ਨ, ਕਹਿੰਦਾ ਉਹਦੀ ਜਾਣੀ ਦਾ ਨਾਂ ਨਾ ਪਤਾ ਹੋਵੇ। ਕਹਿੰਦਾ ਲੱਖ ਲਾਂ ਤਾਂ, ਮੈਨੂੰ ਤਾਂ ਕਹਿੰਦਾ ਆਪਣੇ ਮੁਹੱਲੇ ਦੀ ਪੂਰੀ ਜਾਣੀ ਦਾ ਨਾਂ ਪਤਾ ਹੈ। ਕਹਿੰਦਾ ਜਿਹਦਾ ਮਰਜ਼ੀ ਪੁੱਛ ਲਓ। ਉਹ ਮੈਡਮ ਕਹਿੰਦੀ ਤੂੰ ਸੁਣਤਾ ਸੀ ਅੱਗੇ, ਅਗਲਾ ਸਵਾਲ ਸੀਗਾ ਕਹਿੰਦੀ ਉਸ ਤੋਂ ਅਗਲਾ ਵੀ ਕੁਤਬ ਮਿਨਾਰ ਦੀ ਲੰਬਾਈ ਯਾਨੀ ਕੁਤਬ ਮਿਨਾਰ ਦੀ ਹਾਈਟ ਕਿੰਨੀ ਆ, ਅਤੇ ਸ਼ੀਲਾ ਲਿਖਿਆ ਮੈਨੂੰ ਨਹੀਂ ਪਤਾ। ਤਾਂ ਤੂੰ ਪਤਾ ਕੀ ਲਿਖਿਆ, ਮੈਨੂੰ ਵੀ ਨਹੀਂ ਪਤਾ।